ਮੇਰੇ ਆਂਡੀਆਂ ਗੁਆਂਢੀ ਨੇ ਘੱਟੋ ਘੱਟ 5 ਸਪਰੇਹਾਂ ਕੀਤੀਆਂ ਸੀ ਨਰਮੇ ਨੂੰ ਨਰਮੇ ਦੇ ਉੱਤੇ ਤੇਲ ਨੂੰ ਕੰਟਰੋਲ ਕਰਨ ਵਾਸਤੇ। ਉਹਦੇ ਵਿੱਚ ਲਗਭਗ ਮੇਰਾ 3000 ਰੁਪਏ ਦਾ ਫਾਇਦਾ ਹੋਇਆ। ਪਿਛਲੀ ਵਾਰ ਜਾਂ ਹੁਣ ਵੀ ਕਹਿੰਦੇ ਸੀ ਵੀ ਗੁਲਾਬੀ ਸੁੰਡੀ ਤੋਂ ਪ੍ਰੋਪਲੇਨ ਕਰ ਦਿਉ ਜਾਂ ਕੋਈ ਇੱਦਾਂ ਦੀ ਦਵਾਈ ਕਰ ਦਿਉ, ਮੈਂ ਕੋਈ ਦਵਾਈ ਨਹੀਂ ਕੀਤੀ ਹੈਗੀ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਜ਼ਰੂਰ ਕੀਤਾ ਵੀ ਜਦੋਂ ਵੀ ਮੈਂ 13045 ਜਿਹੜਾ ਦਲਾਲ ਘੋਲ ਦੀ ਸਪਰੇਅ ਕਰਦਾ ਸੀ ਉਹਦੇ ਵਿੱਚ ਸੈਂਪੂ ਦੀ ਪੂੜੀ ਪਾਉਂਦਾ ਸੀ ਕਲੀਨਿਕ ਪਲੱਸ ਵਾਲੀ। ਜੇ ਮੈਂ 5 ਢੋਲੀਆਂ ਕੀਤੀਆਂ ਤਾਂ 5 ਪੂੜੀਆਂ ਮੇਰੀਆਂ ਢੋਲੀ ਦੇ ਵਿੱਚ ਪਾਈਆਂ, ਯਾਨੀ ਕਿ ਖਰਚ ਮੇਰਾ ਹੈ 5 ਰੁਪਏ। ਉਹਦਾ ਦੋ ਕੰਮ ਸੀ, ਉਹ ਜਿਹੜਾ ਮਤਲਬ ਜਿਹੜਾ ਖੁਰਾਕ ਦਿੰਦਾ ਸੀ, ਖੁਰਾਕ ਨੂੰ ਜਿਹੜਾ ਕਲੀਨਿਕ ਪਲੱਸ ਸੈਂਪੂ ਆ ਜਾ ਉਹ ਸਪਰੈਡ ਕਰਦਾ ਪੱਤੇ ਦੇ ਉੱਤੇ। ਮੰਨ ਲਿਆ ਜਿਹੜੀ ਖੁਰਾਕ ਹੈ ਜੇ ਪੱਤੇ ਦੇ ਉੱਤੇ ਇਕੱਠੀ ਡਿੱਗ ਪੀਦਾ, ਇਹਦੇ ਵਿੱਚ ਉਹਨੇ ਸ਼ੇਅਰ ਕਰ ਦੇਣਾ। ਜਿਹੜੀ ਮਤਲਬ ਸੈਂਪੂ ਦੀ ਪੂੜੀ ਹੈ ਉਹ ਖਾਦ ਨੂੰ ਪੂਰਾ ਖੰਡਿਆ ਦੇਣਾ ਇਹਨੇ ਉਹਦੇ ਉੱਤੇ ਪੱਤੇ ਦੇ ਉੱਤੇ, ਤਾਂ ਪੂਰੀ ਖੁਰਾਕ ਲੈ ਲੈਂਦਾ ਪੌਦਾ। ਇੱਕ ਇਹਦੇ ਵਿੱਚ ਇਹ ਆ ਜੀ, ਜਿੰਨੇ ਵੀ ਮਤਲਬ ਫੁੱਲ ਫਲਾ ਆ ਪੌਦੇ ਨੂੰ ਇਹਦੇ ਵਿੱਚ ਗਰਾਵਟ ਨਹੀਂ ਹੋਈ ਕਿਸੇ, ਮਤਲਬ ਫੁੱਲ ਦੀ ਜਾਂ ਜਿਵੇਂ ਮੁਰਝਾ ਕੇ ਡਿੱਗਣਾ, ਫੁੱਲ ਦੀ ਮਤਲਬ ਉਹ ਫਲ ਨਹੀਂ ਡਿੱਗਿਆ ਹੈਗਾ ਪੌਦੇ ਨੂੰ, ਬਿਲਕੁਲ ਨਹੀਂ।